कैसा लग रहा है कबाब में हड्डी बन के? Please, Jasmine, can you see? I want to answer something different. ਨਹੀਂ ਨਹੀਂ ਜਦੋਂ ਦਿਲਜੀਤ ਸਰ ਹੋਣ ਤੇ ਨੀਰੂ ਮੈਮ ਹੋਣ ਉਹਨਾਂ ਦੇ ਵਿੱਚ ਹੱਡੀ ਬਣ ਕੇ ਵੀ ਇੰਨਾ ਸਵਾਦ ਆਉਂਦਾ ਹੈ ਨਾ, ਮਤਲਬ ਜਿੰਨਾ ਸਵਾਦ ਇਸ ਹੱਡੀ ਨੂੰ ਆ ਰਿਹਾ ਨਾ ਤੁਹਾਨੂੰ ਦੇਖਣ ਨੂੰ ਹੋਰ ਜ਼ਿਆਦਾ ਹੋਊਗਾ। ਤੇ ਮੈਂ ਤਾਂ ਉੱਠੀ ਆਈ ਸੀ, ਮੈਂ ਪਿਛਲੇ ਇੰਟਰਵਿਊ 'ਚ ਵੀ ਦੱਸਿਆ ਕਿ ਜਦੋਂ ਪਹਿਲਾ ਦਿਨ ਸੀਗਾ ਤਾਂ ਮੈਂ ਉੱਠੀ, ਹਾਏ ਅੱਜ ਇਹਨਾਂ ਨਾਲ ਕੰਮ ਕਰਨਾ ਹੈ, ਦਿਲਜੀਤ ਸਰ ਦੇ ਸਾਹਮਣੇ ਜਾਣਾ ਹੈ, ਸ਼ਾਰਟ ਦੇਣਾ ਹੈ, ਨੀਰੂ ਮੈਮ ਨੂੰ ਮਿਲਣਾ। ਅਤੇ ਬਾਅਦ 'ਚੋਂ ਪਤਾ ਲੱਗਿਆ ਕਿ ਯਾਰ ਇਹਨਾਂ ਦੇ ਵਿੱਚ ਹੀ ਬਹਿਣਾ ਹੈ, ਹੱਡੀ ਬਣਨਾ, ਇਹਨਾਂ ਦੇ ਵਿੱਚ ਦਰਾਰ ਪਾਉਣੀ ਹੈ। ਤਾਂ ਮੈਂ ਕਿਹਾ ਇਹ ਵੀ ਚੱਲੂਗਾ, ਜੋ ਵੀ ਇਹਦੇ 'ਚ ਵੀ ਸਵਾਦ ਆ। ਬਟ ਆਈ ਐਮ ਵੈਰੀ ਓਨਰਡ ਐਂਡ ਮੈਨੂੰ ਲੱਗਦਾ ਹੈ ਕਰੀਅਰ ਦੇ ਇੰਨੇ ਸ਼ੁਰੂਆਤੀ ਦੌਰ 'ਚ ਲੈਜੈਂਡਸ ਦੇ ਨਾਲ, ਮੇਰੇ ਲਈ ਤਾਂ ਆਈਡਲਸ ਨੇ, ਲੈਜੈਂਡਸ ਨੇ, ਇਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਣਾ ਮੇਰਾ ਤਾਂ ਡ੍ਰੀਮ ਕਮ ਟਰੂ ਮੂਮੈਂਟ ਹੈ। ਕੈਸਾ ਲੱਗ ਰਿਹਾ ਹੈ ਕਬਾਬ ਮੈਂ ਹੱਡੀ ਬਣ ਕੇ? Jasmine, can you see, I want to answer something different. ਨਹੀਂ ਨਹੀਂ ਜਦੋਂ ਦਿਲਜੀਤ ਸਰ ਹੋਣ ਤੇ ਨੀਰੂ ਮੈਮ ਹੋਣ ਉਹਨਾਂ ਦੇ ਵਿੱਚ ਹੱਡੀ ਬਣ ਕੇ ਵੀ ਇੰਨਾ ਸਵਾਦ ਆਉਂਦਾ ਹੈ ਨਾ, ਮਤਲਬ ਜਿੰਨਾ ਸਵਾਦ ਇਸ ਹੱਡੀ ਨੂੰ ਆ ਰਿਹਾ ਨਾ ਤੁਹਾਨੂੰ ਦੇਖਣ ਨੂੰ ਹੋਰ ਜ਼ਿਆਦਾ ਹੋਊਗਾ। ਤੇ ਮੈਂ ਤਾਂ ਉੱਠੀ ਆਈ ਸੀ, ਮੈਂ ਪਿਛਲੇ ਇੰਟਰਵਿਊ 'ਚ ਵੀ ਦੱਸਿਆ ਕਿ ਜਦੋਂ ਪਹਿਲਾ ਦਿਨ ਸੀਗਾ ਤਾਂ ਮੈਂ ਉੱਠੀ, ਹਾਏ ਅੱਜ ਇਹਨਾਂ ਨਾਲ ਕੰਮ ਕਰਨਾ ਹੈ, ਦਿਲਜੀਤ ਸਰ ਦੇ ਸਾਹਮਣੇ ਜਾਣਾ ਹੈ, ਸ਼ਾਰਟ ਦੇਣਾ ਹੈ, ਨੀਰੂ ਮੈਮ ਨੂੰ ਮਿਲਣਾ। ਅਤੇ ਬਾਅਦ 'ਚੋਂ ਪਤਾ ਲੱਗਿਆ ਕਿ ਯਾਰ ਇਹਨਾਂ ਦੇ ਵਿੱਚ ਹੀ ਬਹਿਣਾ ਹੈ, ਹੱਡੀ ਬਣਨਾ, ਇਹਨਾਂ ਦੇ ਵਿੱਚ ਦਰਾਰ ਪਾਉਣੀ ਹੈ। ਤਾਂ ਮੈਂ ਕਿਹਾ ਇਹ ਵੀ ਚੱਲੂਗਾ, ਜੋ ਵੀ ਇਹਦੇ 'ਚ ਵੀ ਸਵਾਦ ਆ। ਬਟ ਆਈ ਐਮ ਵੈਰੀ ਓਨਰਡ ਐਂਡ ਮੈਨੂੰ ਲੱਗਦਾ ਹੈ ਕਰੀਅਰ ਦੇ ਇੰਨੇ ਸ਼ੁਰੂਆਤੀ ਦੌਰ 'ਚ ਲੈਜੈਂਡਸ ਦੇ ਨਾਲ, ਮੇਰੇ ਲਈ ਤਾਂ ਆਈਡਲਸ ਨੇ, ਲੈਜੈਂਡਸ ਨੇ, ਇਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਣਾ ਮੇਰਾ ਤਾਂ ਡ੍ਰੀਮ ਕਮ ਟਰੂ ਮੂਮੈਂਟ ਹੈ। ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 Wood ਅਤੇ ਬੈੱਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।